हाँ जी, सत श्री अकाल दोस्तों, मैं जसप्रीत सिंह ते मेरा बेटा बीर अरमान सिंह ते जिद करी बैठा पटाकियां दी, पटाके लैण नूं ते चलदिआं तुहानूं दिखाउने आ मार्केट 'चों पटाके। ते घरों हौली हौली निकल चुके हां आपां अपने मोटरसाइकल दे उत्ते, ते साडे घर दी गली बठिंडे दा नज़ारा, ते हौली हौली अग्गे वधदे होए तुहानूं दिखाउने आ अरे रास्ते दे ते सड़क ते इक जगह ते रुक के, ਅਤੇ ਰਸਤਾ ਇੱਧਰ ਨੂੰ ਰਾਈਟ ਹੈਂਡ ਨੂੰ ਜਾਂ ਜਿੱਧਰ ਵੀਡੀਓ ਬਣਾ ਰਹੇ ਤੁਸੀਂ ਦੇਖ ਰਹੇ ਹੋ, ਇਹ ਮੇਨ ਰੋਡ ਹੈ ਅਤੇ ਇੱਥੋਂ ਨਿਕਲਦੇ ਹੋਏ ਇਹ ਜਿਹੜੀ ਸਾਹਮਣੇ ਦੇਖ ਹੀ ਰਹੇ ਹੋ ਇਹ ਹੈ ਸਟੇਡੀਅਮ ਬਠਿੰਡੇ ਦਾ, ਅਤੇ ਇੱਥੇ ਹੀ ਪਟਾਕਿਆਂ ਦੀ ਹੋਲਸੇਲ ਦੁਕਾਨਾਂ ਲੱਗੀਆਂ ਹੋਈਆਂ। ਅਤੇ ਅੰਦਰ ਆਪਾਂ ਚੱਲਦੇ ਹਾਂ ਪਟਾਕਿਆਂ ਦੀ ਸੇਲ ਦੁਕਾਨਾਂ ਦੇ ਕੋਲ, ਅਤੇ ਪਾਰਕਿੰਗ ਦੇ ਵਿੱਚ ਐਂਟਰਸ ਕਰਕੇ ਆ ਮੇਨ ਗੇਟ ਹੈ ਇਸ ਸਟੇਡੀਅਮ ਦਾ ਅੰਦਰ, ਅਤੇ ਇੱਥੇ ਛੋਟੇ ਛੋਟੇ ਸਟੋਲ ਲੱਗੇ ਆ, ਪਾਰਕਿੰਗ ਖੜ੍ਹ ਕੇ ਤੁਹਾਨੂੰ ਦਿਖਾ ਰਹੇ ਹਾਂ ਵੀ ਇੱਧਰੋਂ ਦੀ ਐਂਟਰੀ ਕਰਕੇ ਅੰਦਰਲੇ ਪਾਸੇ ਨੂੰ ਜਾ ਰਹੇ ਹਾਂ। ਅਤੇ ਮੇਰੀ ਬੈਕ ਸਾਈਡ ਤੁਸੀਂ ਦੇਖ ਹੀ ਰਹੇ ਹੋ ਇੱਧਰ ਪਟਾਕਿਆਂ ਦੇ ਸਾਰੇ ਸਟੋਲ ਹੈ ਜਿਹੜੇ ਕਿ ਸਟੇਡੀਅਮ ਦੇ ਵਿੱਚ ਵਿਚਾਲੇ ਲੱਗੇ ਹੋਏ, ਹੋਕੀ ਸਟੇਡੀਅਮ ਹੈ ਬਠਿੰਡੇ ਦਾ। ਅਤੇ ਅੱਗੇ ਇੱਕ ਜਗ੍ਹਾ ਹੋਰ ਦੇਖੋ, ਫਾਇਰ ਬ੍ਰਿਗੇਡ ਤੁਹਾਨੂੰ ਉੱਥੇ ਜ਼ਰੂਰ ਖੜ੍ਹੀ ਮਿਲੂਗੀ ਕਿਉਂਕਿ ਪਟਾਕਿਆਂ ਦਾ ਕੰਮ ਅੱਗ ਦਾ ਕੰਮ ਹੁੰਦਾ ਹੈ। ਅਤੇ ਹਰ ਇੱਥੇ ਵੀ ਹਰ ਛੋਟੇ ਛੋਟੇ ਦੁਕਾਨਦਾਰ ਹੈ ਜਿਹੜੇ, ਉਹਨਾਂ ਨੇ ਵੀ ਆਹ ਦੇਖੋ ਇੱਕ ਫਾਇਰ ਮਿੱਟੀ ਦਾ ਅਤੇ ਪਾਣੀ ਦਾ ਅਤੇ ਇੱਕ ਅੱਗ ਬੁਝਾਊ ਯੰਤਰ ਜਿਹੜਾ ਕਿ ਬੋਲਦੇ ਬੇਟਾ ਦੱਸ ਰਿਹਾ ਸੀਗਾ। ਅਤੇ ਇਹਨਾਂ ਚੀਜ਼ਾਂ ਦਾ ਹਰ ਦੁਕਾਨ ਦੇ ਮੂਹਰੇ ਰੱਖਿਆ ਹੁੰਦਾ, ਅਤੇ ਪਟਾਕਿਆਂ ਦੇ ਸੀਰੀਅਲ ਵਾਈਜ਼ ਇਹਨਾਂ ਨੂੰ ਸੀਰੀਅਲ ਨੰਬਰ ਲੱਗੇ ਆ ਦੁਕਾਨਾਂ ਨੂੰ, ਸਟੋਲ ਨੂੰ, ਅਤੇ ਸਿਰਫ ਪਟਾਕੇ ਹੀ ਮਿਲਦੇ ਆ ਇੱਥੇ ਪਟਾਸ਼। ਅਤੇ ਹਰ ਤੁਹਾਨੂੰ ਹਰ ਵਰਾਇਟੀ ਹੈ, ਇਹ ਦੇਖੋ ਅਨਾਰ, ਚੱਕਰੀਆਂ, ਹੋਰ ਫੈਂਸੀ ਆਈਟਮਾਂ, ਛੋਟੇ ਫੁੱਲਝੜੀਆਂ ਵਗੈਰਾ, ਰੋਕਟ ਵਗੈਰਾ, ਜੋ ਵੀ ਹੈ ਛੋਟੇ ਛੋਟੇ ਤੋਂ ਲੈ ਕੇ ਵੱਡੇ ਬੰਬ ਤੱਕ ਪਟਾਕੇ ਸਾਰੇ ਤੁਹਾਨੂੰ ਦਿਖਾ ਰਹੇ। ਦੁਕਾਨਦਾਰ ਕਹਿ ਰਹੇ ਆ ਜਾਓ ਲੈ ਜਾਓ ਪਟਾਕੇ, ਅਤੇ ਸਾਰੇ ਅੱਜ ਦਿਵਾਲੀ ਦਾ ਦਿਨ, ਅੱਜ ਦੇ ਦਿਨ ਹੀ ਇਹ ਪਟਾਕੇ ਦੀ ਸੇਲ ਹੋਣੀ ਹੈ। ਅਤੇ ਹਰ ਦੁਕਾਨ ਹੈ ਸਟੈਂਡਰਡ ਫਾਇਰਫੋਕਸ, ਦੇਖੋ ਹੈ ਚਾਈਨਾ ਦਾ ਹੀ ਤਕਰੀਬਨ ਅੱਧੇ ਤੋਂ ਜ਼ਿਆਦਾ ਮਾਲ, ਇੱਥੇ ਇੰਡੀਅਨ ਘੱਟ ਹੈ, ਤੁਹਾਨੂੰ ਫੈਂਸੀ ਆਈਟਮ ਹੈ ਤਾਂ ਇਹੀ ਹੈ। ਅਤੇ ਇੰਡੀਅਨ ਆਈਟਮ ਆ ਜਿਹੜੇ ਲੋਕ ਦੇਸੀ ਬਣਾਉਂਦੇ ਆ, ਸੂਬੀ ਮਤਲਬ ਕਿ ਰੱਸੀ ਵਾਲਾ ਬੰਬ ਜਿਹਨੂੰ ਆਲੂ ਬੰਬ ਵੀ ਕਹਿ ਦਿੰਦੇ ਆ, ਅਤੇ ਇਹ ਹੈ ਅਸਲੀ ਜਿਹੜਾ ਇੰਡੀਅਨ ਲੋਕ ਘਰਾਂ ਦੇ ਵਿੱਚ ਬਣਾਉਂਦੇ ਨੇ। ਇਹ ਦੇਖੋ ਮਿੱਟੀ ਦੇ ਬਣੇ ਹੋਏ ਅਨਾਰ, ਅਤੇ ਕੁਝ ਫੈਂਸੀ ਆਈਟਮਾਂ, ਮੁਰਗਾ ਪਟਾਕਾ ਬਹੁਤ ਮਸ਼ਹੂਰ ਹੈ, ਛੋਟੇ ਛੋਟੇ ਬੱਚਿਆਂ ਲਈ ਗਨਸ ਰੱਖੀਆਂ ਹੋਈਆਂ। ਅਤੇ ਆਹ ਦੇਖੋ ਘਰ ਦੇ ਵਿੱਚ ਮਿੱਟੀ ਵਾਲੇ ਜਿਨ੍ਹਾਂ ਅਨਾਰ ਪਟਾਕੇ, ਛੋਟੇ ਰੱਸੀ ਬੰਬ, ਆਲੂ ਬੰਬ ਜਿਨ੍ਹਾਂ ਨੂੰ ਬੋਲਦੇ ਆ, ਸਭ ਤਰ੍ਹਾਂ ਦੀ ਆਈਟਮ ਹਰ ਸਟੋਲ 'ਤੇ ਲੱਗੀ ਹੋਈ ਹੈ ਰਵਿੰਦਰਾ ਫਾਇਰ ਵਰਕਸ। ਅਤੇ ਹਰ ਚੀਜ਼ ਇੱਥੇ ਹੋਲਸੇਲ ਦੇ ਰੇਟ 'ਤੇ ਉਪਲਬਧ ਹੈ, ਲੈ ਕੇ ਆਉਂਦੇ ਆ ਪਟਾਕੇ। ਆ ਪੁਲਿਸ ਦਾ ਵੀ ਪੂਰਾ ਪ੍ਰਬੰਧ ਹੈ ਤਾਂ ਕਿ ਲੋਕਾਂ ਨੂੰ ਜਾਗਰੂਕ ਰੱਖਿਆ ਜਾਵੇ ਅਤੇ ਇਕੱਠ ਨਾ ਹੋਵੇ ਅਤੇ ਕੋਈ ਬਹਿਸਬਾਜ਼ੀ ਨਾ ਕਰੇ ਜਾਂ, ਅਤੇ ਸਭ ਕੁਛ ਅਰੇਂਜ ਹੈ ਇੱਥੇ। ਅਤੇ ਉਹ ਸਾਹਮਣੇ ਗੇਟ ਦੇਖ ਰਹੇ ਹੋ, ਗੇਟ ਨੰਬਰ 2 ਹੈ ਇਹ, ਇੱਧਰੋਂ ਵੀ ਐਂਟਰੈਂਸ ਹੈ ਦੂਜੇ ਪਾਸੋਂ ਦੀ ਵੀ, ਅਤੇ ਸਭ ਪਟਾਕਿਆਂ ਦੀ ਹੀ ਸੇਲ ਹੈ, ਪਟਾਕੇ ਤੋਂ ਇਲਾਵਾ ਇੱਥੇ ਹੋਰ ਕੁਝ ਨਹੀਂ ਤੁਹਾਨੂੰ ਮਿਲਣਾ। ਅਤੇ ਆਪਾਂ ਲੈ ਚੁੱਕੇ ਹਾਂ ਪਟਾਕੇ, ਅਤੇ ਹੁਣ ਬਸ ਤਿਆਰੀ ਹੈ, ਬੈਕ ਸਾਈਡ ਤੋਂ ਦੇਖ ਹੀ ਰਹੇ ਹੋ ਬੇਟਾ ਨਾਲ ਹੀ ਹੈ, ਲੱਖ ਰੁਪਏ ਦੇ ਪਟਾਕੇ, ਲੱਖ ਪੈਸੇ ਦੇ ਪਟਾਕੇ ਤੁਹਾਂ 'ਤੇ ਬੈਠਾ, ਫੜ ਕੇ ਪਟਾਕੇ ਮੈਂ ਸਾਰੇ ਚਲਾਊਂ, ਬਸ ਇਹ ਇੱਦਾਂ ਹੀ ਰਹਿੰਦਾ ਥੋੜ੍ਹਾ ਜਿਹਾ, ਇਹਦੀ ਆਦਤ ਹੀ ਹੈ ਤਾਂ ਵੈਸੇ ਠੀਕ ਹੈ। ਅਤੇ ਫਾਇਰ ਫਿਰ ਸਿਕਿਉਰਿਟੀ ਮੈਨ ਲੱਗਿਆ ਹੋਇਆ, ਪੁਲਿਸ ਮੈਨ ਵਹੀਕਲਸ ਨੂੰ ਪੂਰੀ ਡਿਟੇਲ ਨਾਲ ਲਗਾਉਣ ਵਿੱਚ ਮਦਦ ਕਰ ਰਿਹਾ ਸਭ ਲੋਕਾਂ ਦੀ। ਅਤੇ ਪਟਾਕੇ ਹੁਣ ਰਸਤੇ ਕਹਿੰਦਾ ਜੂਸ ਪੀਣਾ, ਅਸੀਂ ਬਹੁਤ ਪੁਰਾਣਾ ਬੰਦਾ ਸਾਡਾ ਅਤੇ ਮਸ਼ਹੂਰ, ਇੱਥੇ ਛੋਟੇ ਹੁੰਦੇ ਤੋਂ ਹੀ ਜੂਸ ਪੀਂਦੇ ਆ, ਸੁੰਦਰ ਜੂਸ ਕਾਰਨਰ ਦੇ ਨਾਮ ਤੋਂ। ਅਤੇ ਬੇਟੇ ਨੇ ਪੀਤਾ ਮਸਾਮੀ ਦਾ, ਖਾਈ ਜਾਂਦਾ ਪਟਾਕੇ ਬੈਠਾ, ਹਟਾਇਆ ਇਹਨੂੰ ਥੋੜ੍ਹਾ ਜਿਹਾ, ਮਸਾਲਿਆਂ ਤੋਂ ਦੂਰ ਰੱਖੋ ਬੱਚਿਆਂ ਨੂੰ ਵੀ, ਅਤੇ ਬਹੁਤਾ ਇਹਨਾਂ ਨੂੰ ਮੂੰਹ ਨਾ ਲਾਣ ਦਿਓ। ਅਤੇ ਚੱਲੇ ਹਾਂ ਹੁਣ ਬੈਠ ਕੇ ਆਪਣੀ ਗਲੀ ਨੂੰ, ਆ ਗਿਆ ਘਰੇ, ਦੇਖੋ ਲਵਾ ਕੇ ਪੈਸੇ ਪਟਾਕੇ ਵਜਾਉਣੇ ਹੈ ਤਾਂ ਲੱਖ ਰੁਪਏ ਦੇ। ਤੁਹਾਨੂੰ ਮੇਰੀ ਵੀਡੀਓ ਕਿੱਦਾਂ ਲੱਗੀ, ਮਿਲਦੇ ਹਾਂ ਆਪਾਂ ਨਵੀਂ ਵੀਡੀਓ, ਸਤਿ ਸ਼੍ਰੀ ਅਕਾਲ।